ਇਹ ਤਾਂ ਗੰਧ ਦਾ ਗੁਬਾਰਾ ਫਟ ਗਿਆ। ਇੱਕ ਗੱਲ ਸਰਸਾ ਵੀ ਕਹਿ ਰਿਹਾ ਵੀ ਇੱਥੇ ਚੋਰੀ ਹੋਈ, ਮਨਜੀਤ ਸਿੰਘ ਜੀ ਕੇ ਵੀ ਕਹਿ ਰਿਹਾ ਚੋਰੀ ਹੋਈ, ਅਵਤਾਰ ਸਿੰਘ ਹਿੱਤ ਵੀ ਕਹਿ ਰਿਹਾ ਚੋਰੀ ਹੋਈ। ਮੈਂ ਇਹਨਾਂ ਤਿੰਨਾਂ ਦੀਆਂ ਗੱਲਾਂ ਦੀ ਮੈਂ ਤਸਦੀਕ ਕਰਦਾ ਹਾਂ, ਇਹਨਾਂ ਇੱਥੇ ਚੋਰੀ ਨਹੀਂ ਹੋਈ, ਇਹਨਾਂ ਨੇ ਚੋਰੀ ਕੀਤੀ ਹੈ। ਅਤੇ ਹੁਣ ਕਿੱਚੜ ਸੁੱਟੀ ਜਾ ਰਹੇ ਨੇ ਇੱਕ ਦੂਜੇ ਦੇ ਉੱਪਰ। ਉਹ ਮੁਹਾਵਰਾ ਸੁਣਿਆ ਹੋਣਾ ਤੁਸੀਂ, ਛੀਛੜਿਆਂ ਦੀ ਰਾਖੀ ਬਿੱਲਾ ਇੱਕ ਤੜੇ ਰਹੇ। ਅਤੇ ਖਬਰ ਸਾਨੂੰ ਦਿੱਤੀ ਸੀ ਸਰਸੇ ਨੇ, ਖਬਰ ਗੁਰਮੀਤ ਸਿੰਘ ਛੱਡੀ ਨੂੰ ਦਿੱਤੀ ਸੀ, ਬਾਦਲਾਂ ਦੇ ਬੰਦੇ ਨੇ ਸਾਨੂੰ ਦਿੱਤੀ ਹੈ, ਬਾਦਲਾਂ ਨੇ ਛੰਡੀ ਨੂੰ ਵੀ ਦਿੱਤੀ ਹੈ। ਉਹ ਨਾ ਪਾਉਂਦਾ ਤਾਂ ਸਾਡਾ ਵੀ ਕੇਸ ਤਿਆਰ ਸੀ। ਇਹ ਸਾਨੂੰ ਪਤਾ ਲੱਗਾ ਵੀ ਇਹ ਆਡਿਟਿੰਗ ਕਰਵਾਉਣ ਲੱਗੇ ਨੇ ਕਿਸੇ ਐਸੀ ਕੰਪਨੀ ਕੋਲੋਂ ਜਿਹੜੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਨੇ ਇਨੀਸ਼ੀਏਟ ਕੀਤਾ ਉਹਨਾਂ ਦੇ ਖਿਲਾਫ ਬਲੈਕ ਲਿਸਟਿੰਗ ਕਰਨ ਦਾ। ਪਹਿਲੇ ਤੁਸੀਂ ਕਹਿੰਦੇ ਸੀਗੇ ਕਿ ਵੀ ਆਡਿਟਿੰਗ ਨਹੀਂ ਹੁੰਦੀ, ਆਡਿਟਿੰਗ ਹੋਣੀ ਚਾਹੀਦੀ ਹੈ। ਹੁਣ ਜੇ ਆਡਿਟਿੰਗ ਉਹ ਕਰਾ ਰਹੇ ਆ ਤੇ ਉਹਦੇ ਉੱਪਰ ਵੀ ਤੁਸੀਂ ਤੁਸੀਂ ਸੈਟੀਸਫਾਈ ਨਹੀਂ, ਉਸ ਤੋਂ ਵੀ ਸਹਿਮਤ? ਦੇਖੋ, ਡਿਲਾਈਟ ਕੰਪਨੀ ਦੇ ਉੱਪਰ ਉਹਨਾਂ ਦੀ ਕ੍ਰੈਡੀਬਿਲਟੀ ਦੇ ਉੱਪਰ ਬੜਾ ਵੱਡਾ ਕੁਐਸਚਨ ਮਾਰਕ ਹੈਗਾ। ਇਲੈਕਸ਼ਨਾਂ ਦੇ ਵਿੱਚ ਕੀ ਕੋਈ ਧਰਮਾਤਮਾ ਨੇ ਜਿਹੜੇ ਇੱਥੋਂ ਬਠਿੰਡੇ ਗਏ ਨੇ, ਦਿੱਲੀ ਕਮੇਟੀ ਦੇ ਮੈਂਬਰ ਜਾਣਦਾ ਨਹੀਂ ਕੋਈ, ਟਕੇ ਵਰਗਾ ਵੀ ਤੇ ਪਹੁੰਚ ਗਏ ਨੇ ਉੱਥੇ ਪੈਸੇ ਵੰਡਣ, ਸ਼ਰਾਬਾਂ ਵੰਡਣ। ਤੁਸੀਂ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਹੋ, ਪ੍ਰਧਾਨ ਦੀ ਕਿੰਨੀ ਕੁ ਪਾਵਰ ਹੁੰਦੀ ਸੀਗੀ ਕਿ ਉਹ 51 ਲੱਖ ਦੇ ਚੈੱਕ ਕਿਸੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਦੇ ਸਕਦੇ? ਨਾ, ਨਹੀਂ। ਪਰਮਜੀਤ ਸਿੰਘ ਨੇ ਤਾਂ 500 ਰੁਪਏ ਦੀ 1000 ਰੁਪਏ ਦੀ ਪਾਵਰ ਰੱਖੀ ਹੋਈ ਸੀ ਕੈਸ਼ ਦੇਣ ਦੀ। ਜੇ ਅਸੀਂ ਬੰਦੇ ਵੱਧ ਰੱਖ ਗਏ ਹਾਂ, ਅਸੀਂ ਤਨਖਾਹਾਂ ਤਾਂ ਟਾਈਮ ਸਿਰ ਦਿੰਦੇ ਸੀ ਨਾ ਸਾਰਿਆਂ ਨੂੰ, ਅਸੀਂ ਬੰਦੇ ਵੱਧ ਰੱਖੇ ਸੀ, ਤੁਸੀਂ ਕੋਈ ਬੰਦਾ ਨਹੀਂ ਰੱਖਿਆ? ਜ਼ਰਾ ਚੈਕਿੰਗ ਕਰਾ ਲਓ ਆਪਣੇ। ਕਿੰਨੇ? 2 ਹੀ ਰੱਖੇ ਆ। 2 ਰੱਖੇ ਨੇ? ਜੇ 2 ਰੱਖੇ ਹੋਣਗੇ ਤਾਂ ਮੈਂ ਪਬਲਿਕ ਡੋਮੇਨ 'ਚ ਅਸਤੀਫਾ ਦੇ ਦਿਆਂਗਾ, ਭਰੇ ਚਲਾ ਜਾਵਾਂਗਾ। ਕੀ ਗੱਲ? ਹਾਂ ਬਿਲਕੁਲ ਪੱਕੀ ਗੱਲ ਹੈ, ਇੱਥੇ ਨੋਟ ਕਰ ਲਓ। ਤਨਖਾਹਾਂ ਤੁਸੀਂ ਕਹਿੰਦੇ ਦਿੱਤੇ, ਪਰ ਕਦੀ ਤੁਸੀਂ ਉਹ 6 ਪੇ ਕਮਿਸ਼ਨ ਜਿਹੜਾ ਉਹ ਨਹੀਂ ਸੀ ਦਿੱਤਾ, ਉਹ ਸਾਨੂੰ ਦੇਣਾ ਪੈ ਰਿਹਾ, ਇਸ ਕਰਕੇ ਕਮੇਟੀ ਦੇ ਬੋਝ ਪੈ ਰਹੇ। ਦੇਖੋ ਸਰ, ਡੀਏ ਦਿੱਤਾ ਸਰ, ਇੰਜ ਹੈਗਾ 6th ਪੇ ਕਮਿਸ਼ਨ, ਅਸੀਂ ਉਹਨਾਂ ਨਾਲ ਫੈਸਲਾ ਕਰ ਲਿਆ ਸੀ ਸਰਕਾਰ ਨਾਲ ਵੀ ਤੇ ਉਹਨਾਂ ਨਾਲ ਵੀ, ਵੀ ਅਸੀਂ ਮਾਰਚ ਤੋਂ ਲਾਗੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਅਰਦਾਸ, ਗੁਰਪ੍ਰੀਤ ਸਿੰਘ ਪੁਰੀ ਦਿੱਲੀ ਤੋਂ ਸਵਾਗਤ ਕਰਦਾ ਹੈ। ਇਸ ਟਾਈਮ ਅਸੀਂ ਮੌਜੂਦ ਹੈਗੇ ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ ਦੇ ਨਾਲ, ਗੁਰਫਤਿਹ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਨਾ ਸਾਹਿਬ, ਗੱਲਬਾਤ ਕਰਾਂਗੇ ਕਿ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਜੋ ਇੱਕ ਸਿਆਸੀ ਭੂਚਾਲ ਆਇਆ ਹੋਇਆ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਆਪਸ ਦੇ ਵਿੱਚ ਜਿਹੜੀ ਇੱਕ ਕਮੇਟੀ ਹੁੰਦੀ ਸੀਗੀ, ਔਰ ਮੈਨੂੰ ਲੱਗਦਾ ਕਿ ਹੁਣ ਤੱਕ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋਇਆ ਹੋਏਗਾ ਕਿ 6 ਸਾਲ ਪ੍ਰਧਾਨ ਰਹੇ ਦਿੱਲੀ ਕਮੇਟੀ, ਹੋਰ ਅਕਾਲੀ ਦਲ ਬਾਦਲ ਦਿੱਲੀ ਧੜੇ ਦੇ ਪ੍ਰਧਾਨ ਰਹੇ, ਉਹਨਾਂ ਨੂੰ ਜਿਹੜਾ ਹੈਗਾ 2 ਮਿੰਟ ਨੇ ਲਾਇਆ, ਉਹਨਾਂ ਦੀ ਆਪਦੀ ਪਾਰਟੀ ਨੇ ਹੀ ਇਸ ਤੋਂ ਆਪ ਤੋਂ ਬਾਹਰ ਕਰ ਦਿੱਤਾ ਹੈ, ਤੁਸੀਂ ਇਹਨੂੰ ਕਿੱਦਾਂ ਦੇਖਦੇ? ਦੇਖੋ ਜੀ, ਭੂਚਾਲ ਨਹੀਂ ਆਇਆ ਹੋਇਆ, ਇਹ ਤਾਂ ਗੰਧ ਦਾ ਗੁਬਾਰਾ ਫਟ ਗਿਆ ਦਿੱਲੀ ਦੇ ਵਿੱਚ, ਔਰ ਇਰਰਿਪੇਰੇਬਲ ਲੋਸ ਜਿਹੜਾ ਸਿੱਖ ਕਮਿਊਨਿਟੀ ਨੂੰ ਹੋ ਰਿਹਾ, ਧਾਰਮਿਕ ਤੌਰ 'ਤੇ ਵੀ, ਫਾਈਨੈਂਸ਼ੀਅਲ ਤੌਰ 'ਤੇ ਵੀ, ਔਰ ਦੇਰ ਇਜ਼ ਏ ਕੰਪਲੀਟ ਬ੍ਰੇਕਡਾਊਨ ਆਫ ਮੈਨੇਜਮੈਂਟ। ਮੈਨੇਜਮੈਂਟ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਐਵੇਂ ਗੱਲਾਂ ਮਾਰੀ ਜਾਣੀਆਂ। ਦਿੱਲੀ ਕਮੇਟੀ ਦਾ ਪ੍ਰਧਾਨ ਕਹੇ ਜੀ ਮੈਂ ਫਾਰਮ ਹਾਊਸ ਜਾਂਦਾ ਸੀ, ਕਿਧਰੇ 10 ਦਿਨ ਵਾਸਤੇ ਬਾਹਰ ਜਾਂਦਾ ਸੀ, ਪਿੱਛੋਂ ਮਨਜੀਤ ਸਿੰਘ ਚੋਰੀ ਕਰ ਲੈਂਦਾ ਸੀ, ਅਤੇ ਫਿਰ ਮੈਨੂੰ ਉਸ ਚੋਰੀ ਦਾ ਪਤਾ ਹੀ ਨਹੀਂ ਸੀ ਲੱਗਦਾ। ਇਹ ਕੋਈ ਸਿਆਣਾ ਗੱਲ ਨਿਆਣਾ ਗੱਲ ਕਰੇ ਤਾਂ ਸਿਆਣਾ ਸੁਣੇ। 6 ਸਾਲ ਇਹ ਕਰਸਤਾਨੀਆਂ ਚੱਲਦੀਆਂ ਰਹੀਆਂ ਅਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ। ਸਾਡੇ ਕੋਈ ਸਿਗਨੇਚਰ ਨਹੀਂ ਸੀ। ਦੇਖੋ ਜੀ, ਗੱਲ ਇਹ ਹੈਗੀ, ਇੱਕ ਗੱਲ ਤਾਂ ਇਹਨਾਂ ਸਾਰਿਆਂ ਦੀ ਗੱਲ ਨਾਲ ਮੈਂ ਸਹਿਮਤ ਹੈਗਾ। ਇੱਕ ਗੱਲ ਸਰਸਾ ਵੀ ਕਹਿ ਰਿਹਾ ਵੀ ਇੱਥੇ ਚੋਰੀ ਹੋਈ, ਮਨਜੀਤ ਸਿੰਘ ਜੀ ਕੇ ਵੀ ਕਹਿ ਰਿਹਾ ਚੋਰੀ ਹੋਈ, ਅਵਤਾਰ ਸਿੰਘ ਹਿੱਤ ਵੀ ਕਹਿ ਰਿਹਾ ਚੋਰੀ ਹੋਈ। ਮੈਂ ਇਹਨਾਂ ਤਿੰਨਾਂ ਦੀਆਂ ਗੱਲਾਂ ਦੀ ਮੈਂ ਤਸਦੀਕ ਕਰਦਾ ਹਾਂ, ਇਹਨਾਂ ਇੱਥੇ ਚੋਰੀ ਨਹੀਂ ਹੋਈ, ਇਹਨਾਂ ਨੇ ਚੋਰੀ ਕੀਤੀ ਹੈ। ਦੇ ਆਰ ਦਾ ਬਿਗ ਥੀਵਸ, ਔਰ ਹੁਣ ਕਿੱਚੜ ਸੁੱਟੀ ਜਾ ਰਹੇ ਨੇ ਇੱਕ ਦੂਜੇ ਦੇ ਉੱਪਰ, ਔਰ ਇਹ ਕਹਿਣਾ ਚਾਹ ਰਹੇ ਨੇ ਵੀ ਮੈਂ ਘੱਟ ਹਾਂ ਅਤੇ ਇਹ ਵੱਧ ਚੋਰ ਹੈਗਾ, ਹੋਰ ਕੁਛ ਵੀ ਨਹੀਂ ਹੈਗਾ। ਇਹਨਾਂ ਉਹ ਮੁਹਾਵਰਾ ਸੁਣਿਆ ਹੋਣਾ ਤੁਸੀਂ, ਛੀਛੜਿਆਂ ਦੀ ਰਾਖੀ ਬਿੱਲਾ, ਅਤੇ ਇਹਨਾਂ ਸਾਰਿਆਂ ਦਾ ਵੱਡਾ ਬਿਆਨ ਦੇਣ ਵਾਲਾ ਬਣ ਗਿਆ ਅਵਤਾਰ ਸਿੰਘ ਹਿੱਤ, ਜਿਹੜਾ ਆਹ ਬੜਾ ਭਾਰੀ ਕਰਪਟ ਆਦਮੀ ਹੈਗਾ। ਉਹਨੂੰ ਕੋ ਤੂੰ ਪਹਿਲੇ ਜਿਸ ਇੰਜੀਨੀਅਰਿੰਗ ਕਾਲਜ ਦੀ ਤੂੰ ਚੇਅਰਮੈਨ ਹੈ, ਉਹਦੀ ਦੀ ਆਡਿਟਿੰਗ ਕਰਾ ਲੈ। ਔਰ ਦੇਖੋ, ਇਹ ਚੋਰੀਆਂ ਅਤੇ ਠੱਗੀਆਂ ਜਿਹੜੀਆਂ ਨੇ ਬਸ ਹੀ ਨਹੀਂ ਕਰਨ ਲੱਗਾ। ਇਹ ਸਾਨੂੰ ਪਤਾ ਲੱਗਾ ਵੀ ਇਹ ਆਡਿਟਿੰਗ ਕਰਵਾਉਣ ਲੱਗੇ ਨੇ ਕਿਸੇ ਐਸੀ ਕੰਪਨੀ ਕੋਲੋਂ
ਜਿਹੜੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਨੇ ਇਨੀਸ਼ੀਏਟ ਕੀਤਾ ਉਹਨਾਂ ਦੇ ਖਿਲਾਫ ਬਲੈਕ ਲਿਸਟਿੰਗ ਕਰਨ ਦਾ। ਇਹ ਕੁਝ ਮੇਰੇ ਕੋਲ ਸੋਸ਼ਲ ਮੀਡੀਆ ਦੀ ਖਬਰ ਆਈ ਹੈਗੀ। ਨਾਮ ਲਿੱਤਾ ਕਿ ਡਿਲੋਇਟ ਕੰਪਨੀ ਤੋਂ ਕਰਾ ਰਹੇ ਕੰਪਨੀ, ਮੇਰੇ ਕੋਲ ਸੋਸ਼ਲ ਮੀਡੀਆ ਤੋਂ ਮੈਨੂੰ ਇੱਕ ਵਾਇਰਲ ਹੋਈ ਹੈ ਖਬਰ, ਜਿਹਦੇ ਵਿੱਚ ਡਿਲੋਇਟ ਕੰਪਨੀ ਦੇ ਉੱਪਰ ਉਹਨਾਂ ਦੀ ਜਿਹੜੀ ਹੈਗੀ ਕ੍ਰੈਡੀਬਿਲਟੀ ਦੇ ਉੱਪਰ ਬੜਾ ਵੱਡਾ ਕੁਐਸਚਨ ਮਾਰਕ ਹੈਗਾ। ਬਈ ਇਹ ਜਿਹੜੇ ਹੈਗੇ ਲੋਕ ਇਹ ਪੈਸੇ ਲੈ ਦੇ ਕੇ ਜਿਵੇਂ ਮਾਲਕਾਂ ਨੂੰ ਰਿਪੋਰਟ ਚਾਹੀਦੀ ਹੁੰਦੀ ਉਹ ਜੀ ਰਿਪੋਰਟ ਬਣਾ ਦਿੰਦੇ ਨੇ। ਪਹਿਲੇ ਤੁਸੀਂ ਕਹਿੰਦੇ ਸੀਗੇ ਕਿ ਵੀ ਆਡਿਟਿੰਗ ਨਹੀਂ ਹੁੰਦੀ, ਆਡਿਟਿੰਗ ਹੋਣੀ ਚਾਹੀਦੀ ਹੈ। ਹੁਣ ਜੇ ਆਡਿਟਿੰਗ ਉਹ ਕਰਾ ਰਹੇ ਹੈ ਤੇ ਉਹਦੇ ਉੱਪਰ ਵੀ ਤੁਸੀਂ ਸੈਟੀਸਫਾਈ ਨਹੀਂ, ਉਸ ਤੋਂ ਵੀ ਸਹਿਮਤ? ਦੇਖੋ ਗੱਲ ਇਹ ਹੈਗੀ ਜੀ, ਇਹ ਬੜਾ ਵੱਡਾ ਕਦਮ ਹੈਗਾ ਆਡਿਟਿੰਗ ਕਰਾਉਣ ਦਾ। ਜੇ ਉਹ ਫੈਸਲਾ ਕਰਦੇ ਨੇ ਤਾਂ ਅਸੀਂ ਉਸਨੂੰ ਵੈਲਕਮ ਕਰਦੇ ਹਾਂ, ਇਹ ਗੱਲ ਸਮਝ ਲਓ। ਪਰ ਆਡਿਟਿੰਗ ਜਿਹੜੀ ਹੈਗੀ ਆਪਸ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਔਰ ਜਿਹੜਾ ਸਾਰਿਆਂ ਨੂੰ ਅਸੈਪਟੇਬਲ ਹੋਵੇ। ਕੰਪਨੀਆਂ ਇਹ ਨਹੀਂ ਖਾਲੀ ਇੱਕੋ ਹੀ ਕੰਪਨੀ ਹੈਗੀ, ਇਹ ਕਿਉਂ ਨਹੀਂ ਜਿਹੜੇ ਹੈਗੇ ਨਾ ਇਹਨੂੰ ਪਬਲਿਕ ਡੋਮੇਨ ਦੇ ਉੱਪਰ ਪਾਉਂਦੇ ਵੀ ਕਿਸੇ ਨੂੰ ਕੋਈ ਇਤਰਾਜ਼ ਹੈ। ਦੂਸਰੀ ਜਿਹੜੀ ਗੱਲ ਹੈ, ਆਡਿਟਿੰਗ ਇਹ ਨਹੀਂ ਹੈਗੀ ਜੀ ਇਹ ਬਿੱਲ ਆਏ ਜੀ ਇਹਦੀ ਅਸੀਂ ਪੇਮੈਂਟ ਕਰਤੀ। ਇੱਥੇ ਫੋਰੈਂਸਿਕ ਆਡਿਟਿੰਗ ਚਾਹੀਦੀ ਹੈ। ਹੁਣ ਜਿਵੇਂ ਫੋਰੈਂਸਿਕ ਆਡਿਟਿੰਗ ਹੈਗੀ ਬਈ 51 ਲੱਖ ਰੁਪਇਆ ਬਾਬਾ ਹਰਨਾਮ ਸਿੰਘ ਨੇ ਰਸੀਦ ਦਿੱਤੀ ਹੈ ਜੀ ਮੈਨੂੰ ਮਿਲਿਆ। ਜੇ ਫੋਰੈਂਸਿਕ ਆਡਿਟਿੰਗ ਹੋਏਗੀ ਤਾਂ ਉਹ ਪਤਾ ਲੱਗ ਜਾਏਗਾ ਵੀ ਇਹ ਜਿਹੜੀ ਰਸੀਦ ਬਾਬੇ ਧੁੰਮੇ ਨੇ ਦਿੱਤੀ ਹੈ ਇਹ 2016 ਦੀ ਦਿੱਤੀ ਹੈ ਕਿ 2019 ਦੀ ਦਿੱਤੀ ਹੈ, ਇਹ ਕਾਗਜ਼ ਦੀ ਉਮਰ ਕਿਤਨੀ ਹੈ ਅਤੇ ਸ਼ਾਹੀ ਦੀ ਉਮਰ ਕਿਤਨੀ ਹੈ। ਇਹ ਸਾਰੀਆਂ ਚੀਜ਼ਾਂ ਇਹੋ ਜਿਹੀ ਆਡਿਟਿੰਗ ਚਾਹੀਦੀ ਹੈ ਬਈ। ਇਹ ਪੋਸੀਬਲ ਹੈਗਾ? ਬਿਲਕੁਲ ਪੋਸੀਬਲ ਹੈਗਾ। ਪਰ ਕੀ ਦਿੱਲੀ ਕਮੇਟੀਆਂ ਨੂੰ ਇਖਤਿਆਰ ਕਰੇਗੀ? ਦਿੱਲੀ ਕਮੇਟੀ ਜੇ ਤਾਂ ਇਮਾਨਦਾਰਨ ਤਾਂ ਕਰੇਗੀ, ਬੇਈਮਾਨ ਤਾਂ ਨਹੀਂ ਕਰੇਗੀ। ਬੜੀ ਛੋਟੀ ਗੱਲ ਹੈਗੀ ਔਰ ਮੈਨੂੰ ਇਹਨਾਂ ਦੀ ਇਮਾਨਦਾਰੀ 'ਤੇ ਸ਼ੱਕ ਹੈਗਾ ਪੂਰਾ। ਜਿਹੜੇ ਇਹ ਸਰਸਾ ਜਿਹੜਾ ਕਹਿ ਰਹੇ ਆਡਿਟਿੰਗ, ਪਹਿਲੇ ਇਹ ਤਾਂ ਆਡਿਟਿੰਗ ਕਰਾਏ ਨਾ, ਜਿਹੜੀਆਂ ਤਰਪਾਲਾਂ ਖਰੀਦੀਆਂ ਸਰਸੇ ਦੇ ਬਿੱਲਾਂ ਦੇ ਉੱਪਰ ਸਾਈਨ ਹੈਗਾ, ਕਰੋੜ ਰੁਪਏ ਤੋਂ ਉੱਪਰ ਦੀ ਤਰਪਾਲਾਂ ਖਰੀਦੀਆਂ ਗਈਆਂ। ਤਰਪਾਲਾਂ ਦੀ ਗੱਲ ਕੀਤੀ ਹੈ, ਇਸ ਬਾਰੇ ਮੈਂ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਸਵਾਲ ਕੀਤਾ ਸੀਗਾ ਕਿ ਵੀ ਸਰਸਾ ਜੀ ਦੇ ਉੱਪਰ ਵੀ ਇਲਜ਼ਾਮ ਲੱਗਿਆ ਤਰਪਾਲਾਂ ਦੇ, ਅਤੇ ਹਿੱਤ ਸਾਹਿਬ ਕਹਿੰਦੇ ਕਿ ਉਹ ਜਿਹੜਾ ਮੁਕੱਦਮਾ ਉਹਨਾਂ ਨੇ ਕਰਾਇਆ ਸੀ ਉਹ ਰੱਦ ਹੋ ਗਿਆ, ਉਲਟਾ ਤੁਹਾਡੇ 'ਤੇ ਪਿਆ ਹੈਗਾ। ਇਹ ਖਾ ਖਾ ਕੇ ਗੁਰੂ ਕਾ ਤਾਨ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਉਹਦੀ ਤਾਂ 7 ਜੁਲਾਈ ਨੂੰ ਡੇਟ ਲੱਗੀ ਹੋਈ ਹੈ, ਮੁਕੱਦਮਾ ਰੱਦ ਨਹੀਂ ਹੋਇਆ। ਕਿੱਥੇ ਰੱਦ ਹੋਇਆ? ਹਿੱਤ ਸਾਹਿਬ ਕਿੱਦਾਂ ਕਹਿ ਰਹੇ ਮੁਕੱਦਮਾ ਰੱਦ ਹੋਇਆ, ਕਹਿੰਦੇ ਤੁਹਾਡੇ 'ਤੇ ਪੁੱਠਾ ਪਿਆ? ਹਿੱਤ ਸਾਹਿਬ ਜੱਜ ਲੱਗੇ ਹੋਏ ਨੇ ਸਾਰਿਆਂ ਦੇ, ਉਹਨੂੰ ਕੋਈ ਤੈਨੂੰ ਨਹੀਂ ਸਮਝ ਆਉਂਦੀ, ਆ ਜਾ ਮੇਰੇ ਕੋਲ ਲੈ ਕੇ ਆ ਜਾ, ਆ ਜਾ ਗੁਰਦੁਆਰੇ ਰਕਾਬਗੰਜ, ਤੈਨੂੰ ਮੈਂ ਦਿਖਾ ਦੇਣਾ ਡੇਟ, ਮੈਂ ਬੰਦਾ ਤੇਰੇ ਕੋਲ ਭੇਜ ਦੇਣਾ। ਪਹਿਲੇ ਕੋਈ ਤਰੀਕ ਭੁਗਤੀ? ਹਾਂਜੀ ਬਿਲਕੁਲ ਭੁਗਤੀ ਹੈ। ਕਿੰਨੀ ਤਰੀਕ? ਤਾਂ ਦੇਖੋ ਇਹ ਤਰੀਕ ਲੱਗੀ ਸੀ, ਫਿਰ ਇੱਕ ਕਾਨੂੰਨ ਬਣਿਆ ਹੋਇਆ ਵੀ ਜਿਹੜੇ ਕੋਈ ਐਮ ਪੀ ਹੋਣ ਜਾਂ ਐਮ ਐਲ ਏ ਹੋਣ ਉਹਨਾਂ ਦੀ ਇੱਕ ਖਾਸ ਸਪੈਸ਼ਲ ਕੋਰਟ ਬਣੀ ਹੋਈ ਹੈ ਪਟਿਆਲਾ ਹਾਊਸ 'ਚ। ਇਹ ਚੂੰਕਿ ਮਨਜਿੰਦਰ ਸਿੰਘ ਸਰਸਾ ਇੱਕ ਐਮ ਐਲ ਏ ਹੈਗਾ, ਇਸ ਕਰਕੇ ਇਹ ਉਸ ਸਪੈਸ਼ਲ ਕੋਰਟ ਦੇ ਵਿੱਚ ਇਹ ਕੇਸ ਰੈਫਰ ਹੋ ਚੁੱਕਾ ਹੈ। ਉਹ ਕੋਰਟ ਜਿਹੜੀ ਹੈ 7 ਤਰੀਕ ਨੂੰ ਉਹਦੀ ਸੰਗਿਆ ਲੈ ਕੇ ਉਹਨਾਂ ਨੇ ਡੇਟ ਪਾਈ ਹੈ। ਹੁਣ ਮਈ 'ਚ ਡੇਟ ਸੀ, ਉਹਨਾਂ ਕਿਹਾ ਜੀ ਆਪਣੀ ਅਸੀਂ ਹੁਣ ਡੇਟ ਜਿਹੜੀ ਹੈ 7 ਜੁਲਾਈ ਦੀ ਦੇ ਦਿੰਦੇ ਹਾਂ, 5-7 ਦਿਨ ਪਹਿਲੇ ਡੇਟ ਸੀ ਉਹਦੀ। ਹਾਂ ਉਹਦੇ 'ਚ ਕੀ ਹੈਗਾ? ਇਹ ਤਾਂ ਅਸੀਂ ਨਹੀਂ ਸੀ ਮੁਕੱਦਮਾ ਦਰਜ ਕਰਦੇ, ਅਸੀਂ 156 'ਚ ਐਪਲੀਕੇਸ਼ਨ ਪਾਈ, ਉਹਦੀ ਡੇਟ ਲੱਗੀ ਹੈਗੀ, ਮੁਕੱਦਮਾ ਕਿੱਥੇ ਖਾਰਜ ਹੋਇਆ ਹੈ। ਉਸ ਤੋਂ ਇਲਾਵਾ ਤੁਸੀਂ ਕੋਈ ਘਿਓ ਦੇ ਘੁਟਾਲਿਆਂ ਦੀ ਵੀ ਗੱਲ ਕੀਤੀ ਸੀਗੀ, ਉਹ ਮਾਮਲਾ ਵੀ ਦਬਿਆ ਜਾ ਨਜ਼ਰ ਆ ਰਿਹਾ, ਉਹਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ? ਜੇ ਸਾਰੇ ਕੇਸ ਉਜਾਗਰ ਹੋ ਰਹੇ ਆ ਤਾਂ ਘਿਓ ਦੇ ਜਿਹੜਾ ਘੁਟਾਲਿਆਂ ਦਾ ਸੀਗਾ ਉਹ ਮਸਲਾ ਵੀ ਦੱਬ ਕੇ ਰਹਿ ਗਿਆ, ਨਾ ਦਿੱਲੀ ਕਮੇਟੀ ਦੇ ਹਿੱਤ ਸਾਹਿਬ ਉਹਦੇ ਬਾਰੇ ਕੋਈ ਉਜਾਗਰ ਕਰ ਰਹੇ, ਨਾ ਜੀ ਕੇ ਸਾਹਿਬ ਕਰ ਰਹੇ ਆ, ਤੁਹਾਡੇ ਵੱਲੋਂ ਵੀ ਕੋਈ ਉਹਦੇ ਉੱਪਰ ਕੋਈ ਪੈਰ ਵੀ ਨਜ਼ਰ ਨਹੀਂ ਆ ਰਹੀ, ਤੁਸੀਂ ਉਹ ਉਸ ਮਸਲੇ 'ਤੇ ਵੀ ਠੰਡੇ ਜੇ ਪਏ ਲੱਗਦੇ ਹੋ? ਅਸੀਂ ਬਿਲਕੁਲ ਠੰਡੇ ਨਹੀਂ ਪਏ ਹੋਏ। ਦੇਖੋ ਜੱਜ ਨੇ ਅਨਪ੍ਰੈਸੀਡੈਂਟਲੀ ਤਾਰੀਖ ਜਿਹੜੀ ਇਸ ਕੇਸ ਦੀ ਦਸੰਬਰ ਦੀ ਡੇਟ ਪਾਤੀ ਹੈ, ਘਿਓ ਵਾਲੇ ਦੇ ਮਸਲੇ ਦੀ। ਉਹ ਵੀ ਕੋਰਟ 'ਚ ਹੈਗਾ ਕੇਸ, ਉਹਦੇ 'ਚ ਉਹਨੇ ਜੱਜ ਨੇ ਫੈਸਲਾ ਦੇਣਾ ਸੀ, ਕਹਿੰਦਾ ਜੀ ਮੈਂ ਫੈਸਲਾ ਦੇਣਾ, ਫੈਸਲਾ ਦਿੰਦੇ ਦਿੰਦੇ ਕਹਿੰਦਾ ਜੀ ਮੈਂ ਜਾਣਾ ਜੀ, ਅੱਛਾ ਜੀ 3 ਦਸੰਬਰ ਦੀ ਡੇਟ ਪਾ ਦਿੰਦੇ ਹਾਂ। ਹੁਣ ਮੈਂ ਕੁਛ ਜੁਡੀਸ਼ਰੀ ਦੇ ਉੱਪਰ ਕੋਈ ਗੱਲ ਕਰਨੀ ਨਹੀਂ ਚਾਹੁੰਦਾ। ਦੋਨੋਂ ਮਾਮਲੇ ਚੱਲ ਰਹੇ ਆ, ਚੱਲ ਰਹੇ ਹੈਗੇ ਮਾਮਲੇ, ਚੱਲ ਰਹੇ ਹੈਗੇ, ਇਹ ਕੋਸ਼ਿਸ਼ ਕਰ ਰਹੇ ਹੈਗੇ ਸਰਕਾਰੋਂ ਦਰਬਾਰ ਦਬੂ ਪਾਉਣ ਦੇ, ਪਰ ਇਹ ਕਦ ਤੱਕ ਕਿੰਨੇ ਕੇਸਾਂ 'ਚ ਦਬਾਅ ਪਾਉਣ ਗਏ ਆ, ਕੀ ਕਰਨ ਗਏ ਆ?
ਉਹ ਕੋਈ ਗੱਲ ਨਹੀਂ ਆ ਕੇ ਸਮਾਂ ਹੁੰਦਾ ਸੀਗਾ ਤੁਸੀਂ ਇਲਜ਼ਾਮ ਲਗਾਉਂਦੇ ਸੀਗੇ ਜੀ ਜੀ ਦਿੱਲੀ ਕਮੇਟੀ ਨੇ ਇਹ ਘੁਟਾਲੇ ਕੀਤੇ ਇਹ ਘੁਟਾਲੇ ਕੀਤੇ ਪਰ ਅੱਜ ਇਹ ਦੌਰ ਆ ਰਿਹਾ ਕਿ ਦਿੱਲੀ ਕਮੇਟੀ ਆਪ ਪ੍ਰੈਸ ਕਾਨਫਰੰਸ ਕਰ ਰਹੀ ਹੈ ਕਿ ਸਾਡੇ ਪਿਛਲੇ ਪ੍ਰਧਾਨ ਨੇ ਇਹ ਘੁਟਾਲੇ ਕੀਤੇ ਉਹਦੇ ਕਾਗਜ਼ ਵੀ ਜਨਤਕ ਕਰ ਰਹੀ ਆ ਹੁਣ ਤੱਕ ਇਹ ਹੁੰਦਾ ਸੀਗਾ ਕਿ ਗੁਰਮੀਤ ਸਿੰਘ ਸ਼ੰਟੀ ਕਾਗਜ਼ ਪੇਸ਼ ਕਰਦਾ ਸੀਗਾ ਕੋਰਟ ਦੇ ਵਿੱਚ ਜੀ ਕੇ ਸਾਹਿਬ ਨੂੰ ਝੂਠਾ ਕਰਾਰ ਦੇ ਦਿੰਦੇ ਸੀ ਇਨਕੁਆਇਰੀਆਂ ਵੀ ਹੁੰਦੀਆਂ ਸੀਗੀਆਂ ਪੁਲਿਸ ਵੀ ਇੱਕ ਚਾਰਜਸ਼ੀਟ ਫਾਈਲ ਕਰਦੀ ਪਈ ਉਹ ਕਿੰਨੀ ਕੁ ਸੱਚ ਆ ਉਹ ਤਾਂ ਪਰਮਾਤਮਾ ਹੀ ਜਾਣਦਾ ਹੈਗਾ ਪਰ ਅੱਜ ਦਿੱਲੀ ਕਮੇਟੀ ਜਿਹੜੀ ਹਜੇ ਕੋਰਟ ਨੇ ਵੀ ਨਹੀਂ ਮੰਨੀ ਪਰ ਉਸਦੇ ਸਮੇਤ ਉਹਦੇ ਜਿਹੜੇ ਸਬੂਤ ਨੇ ਉਹ ਦਿੱਲੀ ਕਮੇਟੀ ਆਪ ਕੱਢ ਕੇ ਦੇ ਰਹੀ ਹੈ ਜੀ ਇਹ ਦੇਖੋ ਇਹਨਾਂ ਨੇ 51 ਲੱਖ ਦਾ ਕੀਤਾ ਹੈ ਦੇਖੋ ਜੀ ਇਹਨੇ ਕਿਤਾਬਾਂ ਦਾ ਕੀਤਾ ਹੈ ਦੇਖੋ ਜੀ ਇਹਨਾਂ ਨੇ ਆਪਣੀ ਬੇਟੀ ਦੀ ਕੰਪਨੀ ਨੂੰ ਦਿੱਤੀ ਆ ਕੀ ਸਮਝਦੇ ਹੋ ਕੀ ਰਾਜਨੀਤਿਕ ਮਿਆਰ ਆ ਗਿਆ ਆਪਣਾ ਮਿਆਰ ਦੇਖੋ ਜੀ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਚੋਰੀਆਂ ਹੁੰਦੀਆਂ ਨੇ ਜਿਹੜੇ ਛਾਤਰ ਚੋਰ ਹੁੰਦੇ ਨੇ ਉਹ ਆਪ ਤੇ ਮਾਲ ਪਕੜਵਾਉਂਦੇ ਨਹੀਂ ਪੁਲਿਸ ਕੋਲੋਂ ਉਹ ਜਿਸੇ ਕੋਈ ਚੋਰੀ ਦੀ ਵੰਡ ਹੁੰਦੀ ਹੈ ਉੱਥੇ ਫਿਰ ਲੜਾਈ ਪੈਂਦੀ ਹੈ ਉਹ ਲੜਾਈ ਫਿਰ ਜਿਹੜੀ ਹੈਗੀ ਉਹ ਚੋਰਾਂ ਨੂੰ ਪਕੜਾਉਂਦੀ ਹੈ ਅਤੇ ਉਹ ਹਿਸਾਬ ਇੱਥੇ ਹੋਇਆ ਇਹ ਆਪਸ ਵਿੱਚ ਤਾਕਤ ਦੀ ਵੰਡਾ ਕਢਾਈ ਪੈਸਿਆਂ ਦੀ ਵੰਡਾ ਕਢਾਈ ਇਸ ਵੰਡਾ ਕਢਾਈ ਦੇ ਵਿੱਚ ਲੜੇ ਅਤੇ ਲੋਕਾਂ ਨੂੰ ਪਤਾ ਲੱਗਾ ਹੁਣ ਕਾਗਜ਼ ਸਿਰਸੇ ਨੇ ਹੁਣ 51 ਲੱਖ ਦੇ ਜਾਂ ਕਿਤਾਬਾਂ ਦੇ ਦਿੱਤੇ ਨੇ ਅਤੇ ਇਹ ਤਾਂ ਇਹਨੂੰ 2 ਜੂਨ 2016 ਦਾ ਇਹ ਕੇਸ ਹੋਇਆ ਪਿਆ ਇਹਨੂੰ ਨਹੀਂ ਪਤਾ ਇਹਨੂੰ ਸਭ ਪਤਾ ਸੀ ਇਹਨੇ ਉਹਨੂੰ ਪੈਰ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹਦੇ ਕਾਗਜ਼ ਉਸ ਕੋਲ ਪਏ ਸਨ ਉਹਦੇ ਕਾਗਜ਼ ਇਹਨਾਂ ਕੋਲ ਪਏ ਸਨ ਇਹਦੀਆਂ ਚੋਰੀਆਂ ਉਸ ਕੋਲ ਪਈਆਂ ਉਹਦੀਆਂ ਚੋਰੀਆਂ ਇਹਦੀਆਂ ਕੋਲ ਪਈਆਂ ਦੋਨਾਂ ਦੀਆਂ ਚੋਰੀਆਂ ਪਈਆਂ ਹੋਈਆਂ ਨੇ ਦੋਨਾਂ ਨੇ ਮਾਲ ਖਾਧਾ ਅਲਟੀਮੇਟਲੀ ਮਾਲ ਇਹਨਾਂ ਨੇ ਤੁਸੀਂ ਇਹ ਕਹੋ ਵੀ ਬਾਦਲਾਂ ਨੂੰ ਨਹੀਂ ਪਤਾ ਇਸ ਚੋਰੀ ਦਾ ਬਿਲਕੁਲ ਪਤਾ ਹੈਗਾ ਮਾਲ ਮਦਾ ਜਾਂਦਾ ਰਿਹਾ ਜੋ ਜੋ ਹੁਕਮ ਉਹ ਚਲਾਉਂਦੇ ਰਹਿਣ ਕਰਦੇ ਇਲੈਕਸ਼ਨਾਂ ਦੇ ਪੈਸਿਆਂ ਦੀ ਵੀ ਗੱਲ ਆ ਰਹੀ ਆ ਬਿਲਕੁਲ ਕਹਿੰਦੇ ਰਹਿਣ ਇਲੈਕਸ਼ਨਾਂ ਦੇ ਵਿੱਚ ਕੀ ਕੋਈ ਧਰਮਾਤਮਾ ਨੇ ਜਿਹੜੇ ਇੱਥੋਂ ਬਠਿੰਡੇ ਗਏ ਨੇ ਦਿੱਲੀ ਕਮੇਟੀ ਦੇ ਮੈਂਬਰ ਇਹ ਕੋਈ ਸਿੱਖਾਂ ਦੀ ਬੜੀ ਵੱਡੀ ਰਹਿਨੁਮਾ ਇਹ ਹਸਤੀਆਂ ਹੈਗੀਆਂ ਜਾਣਦਾ ਨਹੀਂ ਕੋਈ ਟਕੇ ਵਰਗਾ ਵੀ ਅਤੇ ਪਹੁੰਚ ਗਏ ਨੇ ਉੱਥੇ ਪੈਸੇ ਵੰਡਣ ਅਤੇ ਸ਼ਰਾਬਾਂ ਵੰਡਣ ਇਹ ਕੀ ਹੈਗੇ ਬੰਦੇ ਆ ਇਹ ਕੌਣ ਕਰਵਾ ਰਿਹਾ ਇਹਨਾਂ ਕੋਲ ਕੰਮ ਉਹ ਤਾਂ ਚਾਹ ਦੀ ਪਿਆਲੀ ਨਹੀਂ ਪਿਲਾ ਸਕਦਾ ਕਿਸੇ ਨੂੰ ਜਿਹੜਾ ਉੱਥੇ ਫੜਿਆ ਗਿਆ ਤੁਹਾਨੂੰ ਲੱਗਦਾ ਅਕਾਲ ਤਖ਼ਤ ਸਾਹਿਬ ਨੂੰ ਇਹਦੇ ਵਿੱਚ ਕੋਈ ਇੰਟਰਫੇਅਰ ਕਰਨਾ ਚਾਹੀਦਾ ਕਿਉਂਕਿ ਜਿਸ ਟਾਈਮ ਦਿੱਲੀ ਦੇ ਸਿੱਖਾਂ ਦੀ ਗੱਲ ਕਰੇ ਆਪਣੇ ਆਪ ਨੂੰ ਉਹ ਬੜਾ ਨਾ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿ ਵੀ ਇਸੀ ਗੋਲਕ ਦੇ ਵਿੱਚ ਦਾਨ ਪਾ ਕੇ ਜਾਂਦੇ ਆ ਅਤੇ ਪ੍ਰਬੰਧਕ ਜਿਹੜਾ ਉਹਨੂੰ ਲੁੱਟ ਕੇ ਲੈ ਜਾਂਦੇ ਦੇਖੋ ਜੀ ਬਿਲਕੁਲ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਇਸ ਵਿੱਚ ਅਕਾਲ ਤਖ਼ਤ ਇੰਟਰਫੇਅਰ ਕਰ ਸਕਦਾ ਹੈ ਸਟੈਪ ਇਨ ਕਰ ਸਕਦਾ ਪਰ ਜੇ ਅਕਾਲ ਤਖ਼ਤ ਦੇ ਜਥੇਦਾਰ 'ਚ ਗੱਠਸ ਹੈਗੇ ਤਾਂ ਜੇ ਉਹਦੇ 'ਚ ਵੀ ਗੱਠਸ ਨਹੀਂ ਉਹ ਕਹੇ ਜੀ ਮੈਂ ਤੇ ਤਾਬੇਦਾਰੀ 'ਚ ਆਪਣੀ ਜ਼ਿੰਦਗੀ ਕੱਟਣੀ ਹੈ ਤੇ ਫਿਰ ਕਿੱਥੋਂ ਕਰੇ ਕੋਈ ਗੱਲ ਨੂੰ ਵਿਰੋਧੀ ਪਾਰਟੀਆਂ ਦੇ ਤੌਰ ਤੇ ਤੁਹਾਡੇ ਵੱਲੋਂ ਕੀ ਫਰਜ਼ ਅਦਾ ਹੋਏਗਾ ਹਾਂਜੀ ਵਿਰੋਧੀ ਪਾਰਟੀਆਂ ਦੇ ਤੌਰ ਤੇ ਤੁਹਾਡੇ ਵੱਲੋਂ ਕੀ ਫਰਜ਼ ਅਦਾ ਹੋਏਗਾ ਦੇਖੋ ਜੀ ਸਾਡੇ ਵੱਲੋਂ ਫਰਜ਼ ਤੇ ਇਹੀ ਅਦਾ ਹੋ ਰਿਹਾ ਵੀ ਅਸੀਂ ਪਬਲਿਕ ਡੋਮੇਨ ਦੇ ਉੱਪਰ ਪਬਲਿਕ ਦੀ ਨੌਲੇਜ ਵਾਸਤੇ ਇਹ ਸਾਰੀਆਂ ਚੀਜ਼ਾਂ ਅਸੀਂ ਉਜਾਗਰ ਕਰ ਰਹੇ ਹਾਂ ਇਹਨਾਂ ਦੀ ਸੱਚਾਈ ਜਿਹੜੀ ਹੈਗੀ ਵਾਰ ਵਾਰ ਇਹ ਸਾਹਮਣੇ ਆ ਰਹੀ ਹੈ ਭਾਵੇਂ ਅਸੀਂ ਹੋਈਏ ਭਾਵੇਂ ਗੁਰਮੀਤ ਸਿੰਘ ਸ਼ੰਟੀ ਹੋਵੇ ਉਹਦੇ 'ਚ ਕੋਈ ਗੱਲ ਨਹੀਂ ਹੈਗੀ ਉਹ ਨਾ ਪਾਉਂਦਾ ਤਾਂ ਸਾਡਾ ਵੀ ਕੇਸ ਤਿਆਰ ਸੀ ਉਸਨੇ ਚਲੋ ਜਲਦੀ ਪਾ ਲਿਆ ਪਰ ਅਸ ਖਬਰਾਂ ਸਾਡੇ ਕੋਲ ਇਕੱਠੀਆਂ ਹੀ ਆਈਆਂ ਸਨ ਤਕਰੀਬਨ ਇੱਕ ਧੜੇ ਨੇ ਖਬਰ ਸਾਨੂੰ ਦਿੱਤੀ ਸੀ ਸਿਰਸੇ ਨੇ ਖਬਰ ਗੁਰਮੀਤ ਸਿੰਘ ਸ਼ੈਟੀ ਨੂੰ ਦਿੱਤੀ ਸੀ ਇਸ ਕਰਕੇ ਖਬਰਾਂ ਤਾਂ ਇਹਨਾਂ ਹੀ ਦਿੱਤੀਆਂ ਹੈਗੀਆਂ ਬਾਦਲਾਂ ਨੇ ਦਿੱਤੀਆਂ ਨੂੰ ਬਾਦਲਾਂ ਦੇ ਬੰਦੇ ਨੇ ਸਾਨੂੰ ਦਿੱਤੀ ਹੈ ਬਾਦਲਾਂ ਨੇ ਸ਼ੰਟੀ ਨੂੰ ਵੀ ਦਿੱਤੀ ਹੈ ਅਸੀਂ ਸੋਚ ਰਹੇ ਸੀ ਵੀ ਕਾਰਵਾਈ ਥੋੜ੍ਹਾ ਜਿਹਾ ਇਹਨਾਂ ਨੂੰ ਨੱਪ ਕੇ ਕਰੀਏ ਉਸਨੇ ਪਹਿਲ ਕਰਕੇ ਇੱਕ ਮੁਕਦਮਾ ਦਾਇਰ ਕਰਤਾ ਹੋਰ ਕੋਈ ਫਰਕ ਤਾਂ ਕੋਈ ਨਹੀਂ ਸੀ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਕਿ ਇੰਦਰਮੋਹਨ ਸਿੰਘ ਸਰਦਾਰ ਇੰਦਰਮੋਹਨ ਸਿੰਘ ਤੁਹਾਡੀ ਪਾਰਟੀ ਦੇ ਇੱਕ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਇਹੋ ਜਿਹੇ ਪਰਦਾਫਾਸ਼ ਹੋਰ ਸਾਰੇ ਜਿਹੜੇ ਇੱਕ ਵੱਡੇ ਇੱਕ ਉਹਦੇ ਇੱਕ ਸਲਾਹਕਾਰ ਸੀਗੇ ਤੁਹਾਡੇ ਉਹ ਲੀਗਲ ਡਿਪਾਰਟਮੈਂਟ ਦੀ ਕਾਫੀ ਨੌਲੇਜ ਰੱਖਦੇ ਸੀਗੇ ਔਰ ਜਿਹੜੇ ਘਿਓ ਦੇ ਮਸਲੇ ਉਹਨੇ ਜਿਹੜੇ ਇੱਧਰ ਉੱਧਰ ਦੇ ਮਸਲੇ ਉਹਨੂੰ ਉਹਦੇ ਵਿੱਚ ਕਾਫੀ ਉਹਨਾਂ ਦੀ ਇੱਕ ਰਿਸਰਚ ਵੀ ਰਹੀ ਔਰ ਸਰਨਾ ਪਾਰਟੀ ਦੀ ਇੱਕ ਸੱਜੀ ਬਾਂਹ ਸਮਝੇ ਜਾਂਦੇ ਸੀਗੇ ਅੱਜ ਉਹ ਅਕਾਲੀ ਦਲ ਦੇ ਵਿੱਚ ਚੱਲ ਗਏ ਬਾਦਲ ਦਲ 'ਚ ਚੱਲ ਗਏ ਆ ਕਹਿੰਦੇ ਕਿ ਸਰਨਾ ਤੜੇ ਨੂੰ ਵੱਡਾ ਝਟਕਾ ਲੱਗਾ ਤੁਹਾਨੂੰ ਕਿਸ ਕਿਹਾ ਮੇਰੀ ਸੱਜੀ ਬਾਂਹ ਸੀ ਪਹਿਲੇ ਤਾਂ ਦੱਸੋ ਨਾ ਤੁਹਾਨੂੰ ਕਿਹਾ ਕਿਸ ਨੇ ਮੈਂ ਅਕਾਲੀ ਦਲ ਦੀ ਦੇ ਵਿੱਚ ਕੱਬੀ ਵੀ ਕੋਈ ਨਹੀਂ ਸੀ ਤੁਸੀਂ ਸੱਜੀ ਗਈ ਜਾ ਰਹੇ ਹੋ ਤੁਹਾਨੂੰ ਕਿਸ ਕਹਿਤਾ ਇੰਦਰਮੋਹਨ ਪਾਰਟੀ ਕਾਨਫਰੰਸ ਦੇ ਵਿੱਚ ਉਹ ਨਾਲ ਆਉਂਦੇ ਸੀਗੇ ਮਾਈਕ ਤੇ ਤੁਹਾਡੇ ਤੋਂ ਬਾਅਦ ਉਹ ਬੋਲਦੇ ਸੀਗੇ ਮੈਂ ਕਹਿੰਦਾ ਜੀ ਠੀਕ ਹੈਗਾ ਉਹ ਘਿਓ ਦੇ ਮਾਮਲੇ 'ਚ ਉਹਨੇ ਤਹਿਕੀਕਾਤ ਕੀਤੀ ਹੈ ਪਰ ਮੇਰਾ ਵਕੀਲ ਨਾਲ ਗਿਆ ਐਫਰਟ ਸਾਰੀਆਂ ਮੇਰੀਆਂ ਹੈਗੀਆਂ ਸਾਰੇ ਪੈਸੇ ਮੇਰੇ ਲੱਗੇ ਨੇ
ਉਹਦੇ ਕੀ ਉਹਦੇ ਕਹਿੰਦਾ ਜੀ ਮੈਂ ਵੀ ਜਾਣਾ ਮੈਂ ਨਾਲ ਚਲਾ ਜਾ ਸਵਾਰੀਆਂ ਚੜ੍ਹਦੀਆਂ ਵੀ ਲੈਂਦੀਆਂ ਵੀ ਜਾਂਦੀਆਂ ਵੀ ਚਲੀਆਂ ਗਿਆ ਉਹੀ ਇੱਕ ਸਵਾਰੀ ਸੀ ਨਵੀਂ ਕਮੇਟੀ ਕਹਿ ਰਹੀ ਹੈ ਸਿਰਸਾ ਜੀ ਕਹਿ ਰਹੇ ਕਿ ਭਾਈ ਹੁਣ ਦਿੱਲੀ ਕਮੇਟੀ ਚ ਪਾਰਦਰਸ਼ਿਤਾ ਲਿਆਈ ਜਾਏਗੀ ਪੂਰਨ ਤਰੀਕੇ ਨਾਲ ਜੇ ਕੋਈ ਇੱਕ ਰੁਪਇਆ ਵੀ ਦੇਗਾ ਤੇ ਉਹਦੀ ਵੈਬਸਾਈਟ ਤੇ ਰਿਫਲੈਕਟ ਹੋਏਗਾ ਤੁਹਾਨੂੰ ਲੱਗਦਾ ਕਿ ਇਸ ਪਾਰਦਰਸ਼ਾ ਦੇ ਨਾਲ ਜਿਹੜਾ ਹੈਗਾ ਘੁਟਾਲਿਆਂ ਦੇ ਵਿੱਚ ਜੋ ਕੀ ਹੈਗਾ ਉਹ ਇੱਕ ਲਗਾਮ ਲੱਗੀ ਜਾਏਗੀ ਹੋਰ ਗੋਲਕ ਵਾਕੇ ਚ ਵਧੇਗੀ ਹੋਰ ਪਾਰਦਰਸ਼ਤਾ ਮੇਨਟੇਨ ਹੋਏਗੀ ਦੇਖੋ ਜੀ ਜੇ ਚੋਰੀ ਨਹੀਂ ਹੋਏਗੀ ਤੇ ਗੋਲਕ ਤਾਂ ਵਧੇਗੀ ਇਹਦੇ ਤੇ ਕੋਈ ਸ਼ੱਕ ਨਹੀਂ ਪਰ ਉਹ ਇੱਕ ਬੜੀ ਪੁਰਾਣੀ ਪਿਕਚਰ ਦਾ ਗਾਣਾ ਹੈਗਾ ਸਭ ਕੁਛ ਲੁਟਾ ਕੇ ਹੋਸ਼ ਮੈਂ ਆਏ ਤੋਂ ਕਿਆ ਹੋਊਗਾ ਸਾਰਾ ਕਾਰਵਾਂ ਲੁਟਾ ਤਾ ਕਮੇਟੀ ਲੁਟਾ ਤੀ ਸਕੂਲ ਤਬਾਹ ਕਰਤੇ ਕਾਲਜ ਤਬਾਹ ਕਰਤੇ ਗੋਲਕਾਂ ਲੁੱਟ ਲਈਆਂ ਕੰਗਾਲੀ ਦੀ ਹਾਲਤ ਵਿੱਚ ਦਿੱਲੀ ਕਮੇਟੀ ਨੂੰ ਲਿਆ ਏ ਵਾਲ ਵਾਲ ਕਰਜ਼ੇ ਵਿੱਚ ਫਸਿਆ ਪਿਆ ਦਿਨ ਦੀਆਂ ਪੇਮੈਂਟਾਂ ਨਹੀਂ ਆਉਂਦੀਆਂ ਪਈਆਂ ਪੰਜ ਪੰਜ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਕੂਲਾਂ ਦੇ ਹਾਹਾਕਾਰ ਮਚਿਆ ਹੋਇਆ ਅਤੇ ਕੀ ਪਾਰਦਰਸ਼ਤਾ ਲਿਆਏਗਾ ਪਹਿਲੇ ਕਿਉਂ ਨਹੀਂ ਲਿਆਂਦੀ ਤੂੰ ਜਨਰਲ ਸਕੱਤਰ ਹੈਗਾ ਤੂੰ ਪਹਿਲੇ ਕਿਉਂ ਨਹੀਂ ਲਿਆਂਦੀ ਮਾਲ ਤੇ ਉਹੀ ਹੈ ਕਾਲਕਾ ਵੀ ਉਹੀ ਹੈ ਤੇ ਇਹ ਵੀ ਉਹੀ ਹੈ ਪਾਵਰਾਂ ਨੂੰ ਲੈ ਕੇ ਸਵਾਲ ਆਉਂਦਾ ਰਿਹਾ ਕਿ ਆਖਰੀ ਸਵਾਲ ਰਹੇਗਾ ਮੇਰਾ ਕਿ ਪ੍ਰਧਾਨ ਦੀ ਪਾਵਰ ਕਹਿੰਦੇ ਇੰਨੀ ਜ਼ਿਆਦਾ ਹੋ ਗਈ ਸੀਗੀ ਕਿ ਉਸ ਜਨਰਲ ਹਾਊਸ ਤੋਂ ਉਹਨੇ ਸਾਰੀ ਪਾਵਰਾਂ ਲੈ ਲਿੱਤੀਆਂ ਸੀਗੀਆਂ ਤੁਸੀਂ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਹੋ ਸਰਨਾ ਸਾਹਿਬ ਪਰਮਜੀਤ ਸਿੰਘ ਸਰਨਾ ਸਾਹਿਬ ਵੀ ਪ੍ਰਧਾਨ ਰਹੇ ਪ੍ਰਧਾਨ ਦੀ ਕਿੰਨੀ ਕੁ ਪਾਵਰ ਹੁੰਦੀ ਸੀਗੀ ਕਿ ਉਹ 51 ਲੱਖ ਦੇ ਚੈੱਕ ਕਿਸੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਦੇ ਸਕਦੇ ਨਾ ਨਹੀਂ 51 ਲੱਖ ਰੁਪਏ ਦੀ ਬੜੀ ਵੱਡੀ ਰਕਮ ਹੈਗੀ ਔਰ ਦਿਸ ਇਜ਼ ਅਗੇਂਸਟ ਲਾਅ ਲਾਅ ਆਫ ਦਾ ਲੈਂਡ ਕਿੰਨੀ ਕੁ ਪਾਵਰ ਹੁੰਦੀ ਹੈ ਪ੍ਰਧਾਨ ਪਰਮਜੀਤ ਸਿੰਘ ਨੇ ਤੇ 500 ਰੁਪਏ ਦੀ 1000 ਰੁਪਏ ਦੀ ਪਾਵਰ ਰੱਖੀ ਹੋਈ ਸੀ ਕੈਸ਼ ਦੇਣ ਦੀ ਉਹ ਵੀ ਜਦ ਸਾਨੂੰ ਪਤਾ ਲੱਗਾ ਵੀ ਇਹ 500 ਦੀ ਪਾਵਰ ਜਿਹੜੀ ਹੈਗੀ ਅਨਲਿਮਿਟਡ ਹੈਗੀਆਂ ਤੇ ਉਹ ਅਖੀਰਲੇ ਟੈਨਿਓਰ ਦੇ ਵਿੱਚ ਅਸੀਂ ਕੈਪ ਵੀ ਲਗਾਤੀ ਸੀ ਵੀ ਇਸ ਤੋਂ ਵੱਧ ਨਹੀਂ ਦੇ ਸਕਦਾ ਸਾਲ ਦੇ ਵਿੱਚ ਜਨਰਲ ਸਕੱਤਰ 50,000 ਤੇ ਪ੍ਰਧਾਨ 1,00,000 ਰੁਪਇਆ 500,000 ਤਾਂ ਬੜੀ ਛੋਟੀ ਜਿਹੀ ਅਮਾਊਂਟ ਹੈ ਤੁਸੀਂ ਇਹ ਕਿੱਦਾਂ ਕਿਉਂਕਿ ਵੱਡੇ ਵੱਡੇ ਫੰਡ ਜਿਹੜੇ ਹੈਗੇ ਰਿਲੀਜ਼ ਤਾਂ ਕਰਦੇ ਰਹੇ ਹੋ ਬਿਲਕੁਲ ਬਿਲਕੁਲ ਨਹੀਂ ਕਰੇ ਆਪਣਾ ਇਹ ਇਹਨਾਂ ਕੋਲ ਇਹ ਪੁੱਛੋ ਇਸ ਕਮੇਟੀ ਕੋਲੋਂ ਸਰਸੇ ਕੋਲੋਂ ਉਹਦੇ ਕੋਲੋਂ ਸਾਰਿਆਂ ਕੋਲੋਂ ਵੀ ਇਹਨਾਂ ਨੇ ਸਹਾਇਤਾਵਾਂ ਕਿੱਦੀਆਂ ਦਿੱਤੀਆਂ ਹਨ ਕੈਸ਼ ਸਹਾਇਤਾ ਕਿੰਨੀ ਦਿੱਤੀ ਹੈ ਅਸੀਂ ਤਾਂ ਕਦੀ ਕਿਸੇ ਨੂੰ ਸਹਾਇਤਾ ਦੇਣੀ ਹੈ ਤਾਂ ਬਈ ਚੈੱਕ ਦੇਈਦਾ ਸੀ ਅਸੀਂ ਤਾਂ ਕਦੀ ਕੈਸ਼ ਹੱਥ ਲਾਉਣ ਦੀ ਗੱਲ ਹੀ ਨਹੀਂ ਸੀ ਕਦੀ ਕੀਤੀ ਜੇ ਸਾਡੇ ਖਿਲਾਫ ਇਹ ਕੁਝ ਨਿਕਲਿਆ ਹੁੰਦਾ ਤੇ ਸਾਰੀ ਚਮੜੀ ਇਹਨਾਂ ਨੇ ਉਧੇੜ ਕੇ ਰੱਖ ਦੇਣੀ ਸੀ ਤੁਸੀਂ ਕੀ ਸਮਝਦੇ ਹੋ ਜੇ ਇਹਨਾਂ ਨੇ ਮਨਜੀਤ ਸਿੰਘ ਦੇ ਅਕਾਊਂਟ ਖੰਘਾਲੇ ਤੇ ਸਾਡੇ ਅਕਾਊਂਟ ਨਹੀਂ ਖੰਘਾਲੇ ਇਹਨਾਂ ਸਰਪਟ ਕਰਤਾ ਹੈ ਇਹਨਾਂ ਨੇ ਲੱਭਾ ਕੋਈ ਨਹੀਂ ਇਹਨਾਂ ਨੇ ਸਾਨੂੰ ਛੱਡਣਾ ਸੀ ਧੁਰਾਂ ਵੀ ਸਨ ਇਹਨਾਂ ਨੇ ਥੱਲੇ ਲਾ ਲੈਣਾ ਸੀ ਕੀ ਗੱਲਾਂ ਕਰਦੇ ਪਏ ਹੋ ਕਮਾਲ ਕਰਦੇ ਪਏ ਹੋ ਤੁਸੀਂ ਜਾਣਦੇ ਨਹੀਂ ਇਹਨਾਂ ਨੂੰ ਇਹ ਤੇ ਸੱਚੇ ਪਾਤਸ਼ਾਹ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ ਹੈਗੀ ਇਹ ਇਹਨਾਂ ਕੋਲ ਕੁਝ ਵੀ ਨਹੀਂ ਹੈਗਾ ਤੁਸੀਂ ਹਮੇਸ਼ਾ ਕਹਿੰਦੇ ਰਹੇ ਹੋ ਕਿ 100-125 ਕਰੋੜ ਦਾ ਤੁਸੀਂ ਛੱਡ ਕੇ ਗਏ ਹੋ ਤੇ ਜੇ ਆਪਾਂ ਗੱਲ ਕਰ ਦਈਏ ਤਕਰੀਬਨ 50-60-70-80 ਕਰੋੜ ਦੀ ਤਕਰੀਬਨ ਦੀ ਜਿਹੜੀ ਹੈਗੀ ਇਹਨੇ ਘੁਟਾਲੇ ਤਾਂ ਤਕਰੀਬਨ ਬਾਹਰ ਆ ਹੀ ਰਹੇ ਆ ਜੇ 140 ਕਰੋੜ ਦੀ ਪ੍ਰੋਪਰਟੀ ਦੀ ਵੀ ਗੱਲ ਕਰ ਲਈਏ ਤਕਰੀਬਨ ਉਹ ਮਾਮਲਾ 200-250 ਕਰੋੜ ਤੱਕ ਦਾ ਚਲਾ ਜਾਂਦਾ ਤੇ ਯਾਨੀ ਕਿ ਫਿਰ ਤੁਹਾਡੀ ਗੱਲਾਂ ਕਿੱਥੇ ਤੱਕ ਸੱਚੀਆਂ ਸੀਗੀਆਂ ਕਿ ਜਿਹੜੀ ਤੁਸੀਂ 100-125 ਕਰੋੜ ਛੱਡ ਕੇ ਗਏ ਸੀ ਨਹੀਂ ਅਸੀਂ 125 ਕਰੋੜ ਕਹਿੰਦੇ ਸੀ 100 ਤੇ ਆਪ ਹੀ ਮੰਨ ਗਏ ਨੇ ਇੱਥੇ ਵੀ ਮੰਨ ਗਿਆ ਤੇ ਮਨਜੀਤ ਸਿੰਘ ਵੀ ਮੰਨ ਗਿਆ ਤੇ ਜਦ ਕਿਤਾਬਾਂ ਨੱਥ ਲਵਾਂਗੇ ਤੇ 125 ਹੀ ਨਿਕਲੇਗਾ ਇਹ ਤੇ ਆਪ ਵੀ ਮੰਨ ਗਏ ਨਾ ਇਹ ਥੋੜ੍ਹੀ ਕਿਹਾ ਨੇ ਨਹੀਂ ਹੈਗੇ ਹੈ ਨਾ ਇੱਥੇ ਤਾਂ ਯਾਦਾਂ ਬਣ ਗਿਆ ਤੇ ਮਨਜੀਤ ਸਿੰਘ ਕਹਿੰਦਾ ਜੀ 100 ਕਰੋੜ ਛੱਡ ਗਏ ਨੇ ਬਾਕੀ ਇਹ ਜ਼ਰੂਰ ਕਹਿੰਦਾ ਜੀ ਇਹ ਬੰਦੇ ਬੜੇ ਰੱਖ ਗਏ ਜੀ ਮੈਂ ਕਹਿੰਦਾ ਜੀ ਜੇ ਅਸੀਂ ਬੰਦੇ ਵੱਧ ਰੱਖ ਗਏ ਹਾਂ ਅਸੀਂ ਤਨਖਾਹਾਂ ਤਾਂ ਟਾਈਮ ਸਿਰ ਦਿੰਦੇ ਸੀ ਨਾ ਸਾਰਿਆਂ ਨੂੰ ਨੰਬਰ ਇੱਕ ਗੱਲ ਪਹਿਲੀ ਗੱਲ ਤਾਂ ਕੋਈ ਬੰਦੇ ਫਾਲਤੂ ਨਹੀਂ ਰੱਖੇ ਪਰ ਕਿਸੇ ਨੇ ਇਹ ਤਾਂ ਕੰਪਲੇਂਟ ਨਹੀਂ ਕੀਤੀ ਵੀ ਸਾਨੂੰ ਤਨਖਾਹ ਨਹੀਂ ਮਿਲੀ ਦੂਸਰੀ ਗੱਲ ਮੈਂ ਇਹਨਾਂ ਕੋਲ ਪੁੱਛਣਾ ਚਾਹੁੰਦਾ ਕਿ ਤੁਸੀਂ ਫਿਰ ਜੇ ਅਸੀਂ ਬੰਦੇ ਵੱਧ ਰੱਖੇ ਸੀ ਤੁਸੀਂ ਕੋਈ ਬੰਦਾ ਨਹੀਂ ਰੱਖਿਆ ਜਰਾ ਚੈਕਿੰਗ ਕਰਾ ਲਓ ਆਪਣੇ ਦੋ ਹੀ ਰੱਖੇ ਦੋ ਰੱਖੇ ਨੇ ਜੇ ਦੋ ਰੱਖੇ ਹੋਣਗੇ ਤਾਂ ਮੈਂ ਪਬਲਿਕ ਡੋਮੇਨ 'ਚੋਂ ਅਸਤੀਫਾ ਦੇ ਦਿਆਂਗਾ ਭਰੇ ਚਲਾ ਜਾਵਾਂਗਾ ਪੱਕੀ ਗੱਲ ਹਾਂ ਬਿਲਕੁਲ ਪੱਕੀ ਗੱਲ ਹੈ ਇੱਥੇ ਨੋਟ ਕਰ ਲਓ ਇਹ ਨਹੀਂ ਹੈਗੇ ਵੀ ਦੋ ਰੱਖੇ ਦੋ ਦੋ ਤਾਂ ਇਸਨੇ ਚਾਰ ਤੇ ਨਾਲ ਹੀ ਰੱਖੇ ਹੋਏ ਸਨ ਉਹ ਵਿਕਰਮ ਸਿੰਘ ਵੀ ਰੱਖਾ ਸੀ ਅਤੇ ਪਰਮਜੋਤ ਸਿੰਘ ਵੀ ਰੱਖਾ ਸੀ ਅਤੇ ਇੱਕ ਹੋਰ ਰੱਖਿਆ ਸੀ
कमाल कर दे पे एडे इन्हों धर्मात्मा के रजिस्टर समझाया ना उन्होंने कहा कि तुसी सरना साहब ने बंदे तो रखे तनखावां तुसी कहंदे दित्ते पर कदी तुसी वो सिक्स पे कमीशन जिहड़ा वो नहीं सी दित्ता वो सानू देना पै रहा इस करके कमेटी के बोझ पै रहे देखो सर डीए दिता सर इंज हैगा सिक्स पे कमीशन असी उन्हां नाल फैसला कर लिया सी सरकार नाल भी तो उन्हां नाल भी असी मार्च तो लागू करांगे ये बदबख्त योजे सियाने निकले जब स्टाफ इन्होंने इलेक्शन मैनीफेस्टो च लिखा असी अपना फैसला जान तो पहले कर गए भी सिक्स वे कमीशन लागू कर देने इन्होंने स्टाफ ने इन्होंने कहा जी भी फैसला करके गेंदे दौ कहना जी परमजीत सिंह ने फैसला किया जाओ सामने को जाके वो डेढ़ साल इन्हों के चक्कर कटते रहे इन्होंने दिता कोई नहीं कोर्ट चले गए कोर्ट च ना केस नहीं लड़िया ढंग का केस ना लड़न करके इन्होंने फिर आर्बिट्रेशन नू आर्बिट्रेशन मान ली दिल्ली हाई कोर्ट की अपने अपील करन दे हाथ कट के रख दिते उन्होंने अगे जजा दे अगे उन्होंने जज ने इन्हों ठोक के रख दिता उन्होंने जेड़ा सी देना सी मार्च 13 तो उन्होंने लागू करता मार्च 6 तो नाल ले लिया इंटरेस्ट वो बन गई रकम दुगनी तो चुगनी पर जे लुट मारना की होंगी तो भी कोई फर्क नहीं पैना तभी कोई फर्क नहीं पैना पर इन्होंने लुट मार भी की प्रबंध भी ठीक ना किया पैरवी भी ठीक ना की हूँ की बनया अस्पताल का कुछ बनया कुछ कढ़िया भी सरना कितने 300 करोड़ वेच गया 250 करोड़ वेच गया कागज इन्हों को पे रजिस्ट्रिया इन्हों को पई कोई निकले पैसे कोई बंगला साहब की पार्किंग की कोई गल निकली वेच के जी वेच के तुसी ले ली तुसी 25 दे 50 करा ले तुसी 25 साल दे 50 साल करा ले 15 साल तो हो ही गए ना सानू पार्किंग लिया तो यह जी जगह कभी सरकार वापस लेंदी है जिन्हें कि पब्लिक की सहूलत वास्ते बनिया हो झूठ कपट पीटीसी चैनल इन्हों का जिंदाबाद एक रब ने ऐसी करोपी सन दी है भी उन्हें पल्ले एक चैनल सवेरे गुरबाणी का एक सच देंदे टैलीकास्ट करते हैं उस तो बाद जो झूठ कुफर तोड़ना शुरू करते हैं बस ही नहीं करते एक सब तो वड्डी क्रास्ती है सिख कौम इतना झूठ कुफर तो शायद कोई बोलता ही नहीं जितना पीटीसी चैनल बोलता है ठीक है सरना साहब तुहाडा बहुत बहुत धन्यवाद साढ़े नाल जुड़े सीगे होर जो दिल्ली कमेटी के रीसेंट मुद्दों के उपर गलबात कर रहे सीगे क्योंकि दिल्ली के सिखां दे विच एक बड़ी एक त्रास दी हैगी है कि जो गोलक दे विच उदान या दशवंद अपना देन जांदे ने ते जदा जो उन्हां नूं पता लगता है कि भी की उत्थे कारस्तानियां कीतियां जा रही घोटाले हो रहे हैं या नहीं हो रहे पर जो है इल्जाम ही जो सुन लैंदा ना दिल्ली की संगत कि भी इल्जाम लगा है तो उस तो बाद ही वह अपने आप नूं जिहड़ा हैगा ना ठगिया जा महसूस करता कि यह हो की रहा तो इन्हों मुद्दों से ही चर्चावान की सरदार हरविंदर सिंह सरना साहब के नाल बहुत बहुत धन्यवाद करते हैं जी वाहिगुरु जी का खालसा वाहिगुरु जी की फतेह देखते रहो जी अकाल चैनल अकाल चैनल नू सब्सक्राइब करो नवी वीडियोस दी नोटिफिकेशन दे लई बेल आइकन नू क्लिक करना ना भूलना बोले।